ਗੱਲ ਸੁਣ ਕੇ ਜਾਣੀ ਨਹੀਂ ਹੁਣ ਘਰੇ ਲੈ ਕੇ ਜਾਏਗਾ? ਉਹ ਮੈਂ ਕਿਵੇਂ ਲੈ ਜਾ ਯਾਰ, ਜਿਵੇਂ ਮੇਰੇ ਘਰੇ ਵੜ ਗਿਆ ਸੀ ਓਵੇਂ। ਤੁਹਾਡੇ ਦੋਸਤ ਨੇ ਮੈਨੂੰ ਐਡਰੈਸ ਨਹੀਂ ਦਿੱਤਾ ਸਟੂਡੀਓ ਦਾ, ਮੈਂ ਸੋਚਿਆ ਮੈਂ ਘਰੇ ਆ ਜਾਂਦੀ ਹਾਂ। ਕੈਵੀ ਇਹ ਕੌਣ ਸੀ? ਉਹ ਯਾਰ ਇਹਨੇ ਗਾਣਾ ਕਰਨਾ ਸੀ ਆਪਣਾ ਡਿਊਟ, ਉਹ ਕੁੜੀ ਸੀ। ਮੈਂ ਗਾਣਾ ਤਾਂ ਕਰਨਾ ਸੀ ਠੀਕ ਆ, ਪਰ ਇਹ ਐਵੇਂ ਕਿਉਂ ਕਰ ਰਹੀ ਸੀਗੀ? ਤੂੰ ਕੈਵੀ ਦੀ ਵਾਈਫ ਆ ਵੇਖ ਕੇ ਇੰਨਾ ਜ਼ਿਆਦਾ ਹੈਰਾਨ ਹੋਣਾ, ਗੱਲ ਕੀ ਆ? ਮੈਨੂੰ ਕੀ ਪਤਾ ਸਾਲਾ ਇਹੋ ਜੂਗਾ। ਹਾਂ ਤੈਨੂੰ ਤਾਂ ਇਹ ਸੀਗਾ ਕਿ ਹਾਂ ਇਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿਤੇ ਵੀ। ਚੱਲ ਚੰਗਾ, ਜਿਹੜਾ ਕੁਝ ਹੋ ਗਿਆ ਮੈਨੂੰ ਮਾਫ ਕਰ ਦੇ। ਤੂੰ ਮੈਨੂੰ ਕਰ ਦੇ, ਚਾਹੇ ਤੋ ਅੱਜ ਤੋਂ ਬਾਅਦ ਕਦੇ ਵੀ ਮੇਰਾ ਸ਼ਕਲ ਨਾ ਦਿਖਾਈ ਆਪਦੀ। ਜੀਤਾ ਮੈਂ ਤੈਨੂੰ ਪਿਆਰ ਕਰਦਾ ਜੀਤਾ। ਕੋਈ ਪਿਆਰ ਨਹੀਂ ਹੈਗਾ ਇੱਥੇ, ਨਾ ਮੈਨੂੰ ਪਿਆਰ ਤੂੰ ਕੀਤਾ ਸੀ ਤੇ ਨਾ ਅੱਜ ਤੋਂ ਬਾਅਦ ਮੈਂ ਤੈਨੂੰ ਕਰਦੀ ਆ। ਕਿਉਂ ਕਰੀ ਨਹੀਂ ਯਾਰ, ਮੈਂ ਤੈਨੂੰ ਮਨਾਈ ਜਾਂਦਾ। ਮੈਂ ਤੈਨੂੰ ਪਹਿਲਾਂ ਵੀ ਮਨਾਉਂਦਾ ਸੀ। ਮੈਂ ਹੀ ਲੱਭੀ ਆ ਇਹ ਸਾਰਾ ਕੁਝ ਕਰਨ ਵਾਸਤੇ, ਹੈ ਮੈਂ ਹੀ ਲੱਭੀ ਆ। ਜੀਤਾ ਤੂੰ ਮੇਰੇ ਦਿਲ ਨੂੰ ਲੱਗੀ ਆ। ਤੇਰੇ ਵਰਗਾ ਇਨਸਾਨ ਰੱਬ ਕਿਸੇ ਨੂੰ ਭੁੱਲ ਕੇ ਵੀ ਨਾ ਟਕਰਾਵੇ।
ਵੱਡਾ ਸਟਾਰ ਬਣਿਆ ਫਿਰਦਾ ਤੂੰ, ਚੰਗਾ ਮਾਫ ਕਰ ਦੇ, ਗਲਤੀ ਹੋ ਗਈ, ਤੂੰ ਕਰ ਦੇ ਨਾ, ਤੂੰ ਜਾਣਾ ਇੱਥੋਂ, ਮੈਂ ਤੇਰੇ ਨਾਲ ਨਹੀਂ ਰਹਿਣਾ, ਜਿੱਤਾ ਮੈਂ ਤੇਰੇ ਬਿਨਾ ਮਰ ਜਾਊਂਗਾ, ਤੂੰ ਮਰ ਜਾ, ਮਾਰ ਦੇ ਮੈਨੂੰ, ਤੂੰ ਮਾਰ, ਫੇਰ ਖੁਸ਼ ਹੋਊ ਮੈਂ, ਹੁਣ ਮੈਨੂੰ ਕਹਿੰਦਾ ਮੈਂ ਉਹਦੇ ਨਾਲ ਨਹੀਂ ਰਹਿਣਾ ਚਾਹੁੰਦਾ, ਓਏ ਹਾਂ ਪਰ ਮੈਂ ਦੁਖੀ ਆ, ਸਾਡਾ ਤਲਾਕ ਦਾ ਚੱਲ ਰਿਹਾ, ਕਿਹੜੇ ਪਾਸੇ ਲੱਗਦਾ ਕਿ ਤਲਾਕ ਚੱਲ ਰਿਹਾ, ਹੁਣ ਤੈਨੂੰ ਕੀ ਪਤਾ ਕਰਦੇ ਹਾਲਾਤ ਕੀ ਨੇ ਯਾਰ ਜੀਤਾ, ਤੂੰ ਟਾਈਮ ਪਾਸ ਕਰਦਾ, ਮੈਂ ਕਿੱਥੇ ਕਰਦਾ, ਆ ਕਰ ਹੀ ਤਾਂ ਰਿਹਾ, ਪਹਿਲਾਂ ਤੇਰੀਆਂ ਗਰਲਫ੍ਰੈਂਡਾਂ ਦੇਖਦੀ ਆ, ਅੱਜ ਮੈਂ ਤੇਰੀ ਵਾਈਫ ਦੇਖ ਲਈ, ਹੋਰ ਪਤਾ ਨਹੀਂ ਕੀ ਕੀ ਦਿਖਾਏਗਾ, ਉਹ ਕਿਹੜੀ ਗਰਲਫ੍ਰੈਂਡ ਦੇਖ ਲਈ ਤੈਂ ਮੇਰੀ, ਉਹ ਕੀ ਸੀਗੀ ਆ ਕੁੜੀ ਦਾ ਦਿਨ ਚਾਰ ਪਹਿਲਾਂ ਵੀ, ਉਸ ਤੋਂ ਪਹਿਲਾਂ ਤੂੰ ਇੱਥੋਂ ਨਿਕਲ ਜਾ, ਤੈਨੂੰ ਪਿਆਰ ਕਰਦਾ ਯਾਰ, ਕਿਉਂ ਨੀ ਤੂੰ ਸਮਝਦੀ ਹੈਗੀ, ਮੈਂ ਤੈਨੂੰ ਇੱਥੇ ਮਨਾਉਣ ਆਇਆ, ਮਨਾਉਣ ਨੀ ਆਇਆ, ਆਪਣਾ ਗਾਣਾ ਡਿਊਟ ਆਉਣਾ ਯਾਰ, ਤੂੰ ਇੰਨੇ ਡਰਾਮੇ ਕਰ ਕਿਵੇਂ ਰਹਿਣਾ, ਤੇਰੀ ਸ਼ਰਮ ਨੀ ਆਉਂਦੀ, ਡਰਾਮੇ ਲੱਗਦੇ ਨੇ, ਸਾਲਾ ਮੈਂ ਹੀ ਘਟੀਆ ਬੰਦਾ ਜਿਹੜਾ ਤੇਰੇ ਪਿੱਛੇ ਫਿਰਦਾ, ਮੈਂ ਉਸ ਤੋਂ ਵੀ ਘਟੀਆ ਜਿਹੜੀ ਤੈਨੂੰ ਪਹਿਚਾਨ ਨਹੀਂ ਪਈ, ਹਰ ਵਾਰੀ ਝੂਠ ਬੋਲਦਾ, ਕਦੀ ਕਿਹੜੀ ਨਵੀਂ ਆ ਜਾਂਦੀ ਆ, ਕਦੀ ਕਿਹੜੀ, ਕਦੀ ਰਿਸ਼ਤਾ, ਕਦੀ ਵਿਆਹ, ਕਦੀ ਕੁਛ, ਇਸ ਦਾ ਮਤਲਬ ਉਹ ਜਿੱਤਾ ਕੀ ਹੋ ਰਿਹਾ, ਦਿਮਾਗ ਹੋ ਗਿਆ ਯਾਰ ਤੇਰਾ, ਮਤਲਬ ਤੂੰ ਮੇਰੀ ਭੂਆ ਦੀ ਕੁੜੀ ਨੂੰ ਵੀ ਧੋਖਾ ਹੀ ਦੇ ਰਿਹਾ ਸੀ, ਤੂੰ ਤਾਂ ਵਿਆਹਿਆ ਹੋਇਆ, ਉਹ ਕਿੱਥੇ ਯਾਰ, ਕੀ ਹੋ ਰਿਹਾ ਤੈਨੂੰ, ਜਿਹੜੀ ਤੇਰੀ ਭੂਆ ਸਾਡੇ ਪਿੰਡ ਵਿੱਚ ਆਈ ਉਹਨੂੰ ਵੀ ਨਹੀਂ ਪਤਾ, ਉਹ ਜਿੱਤਾ ਤੈਨੂੰ ਪਿਆਰ ਕਰਦਾ ਨਾ, ਕੋਈ ਸਾਰਾ ਪਿਆਰ ਨਾ ਸਮਝਦੇ ਨੇ ਕੋਈ ਯਾਰ, ਫਿਰ ਤੇਰੀ ਵਾਈਫ, ਉਹ ਕੀ ਕਹੀਦਾ ਜਾਂਦਾ ਯਾਰ, ਮੈਂ ਸੱਚ ਕੀ ਆ, ਉਹ ਸੱਚ ਮੈਂ ਤੈਨੂੰ ਪਿਆਰ ਕਰਦਾ ਆ, ਕਿਉਂ ਤੂੰ ਫਿਰ, ਉਹ ਉਹ ਯਾਰ ਤਲਾਕ ਹੋਣ ਵਾਲਾ ਯਾਰ, ਪਰ ਕਿਉਂ, ਉਹ ਦੁਖੀ ਆ ਮੈਂ ਤੋਂ, ਫਿਰ ਕਿਉਂ ਤੂੰ ਦੁਖੀ ਕਿਉਂ ਆ, ਹੋਇਆ ਕੀ, ਉਹ ਕਰਦੇ ਹਾਲਾਤ ਹੋ ਜਾਂਦੇ ਨੇ ਏਦਾਂ ਯਾਰ, ਜੀਤਾ ਕਿਉਂ ਨੀ ਸਮਝਦੀ ਤੂੰ, ਤੈਨੂੰ ਯਕੀਨ ਨੀ ਆਉਂਦਾ ਮੇਰੇ ਤੇ, ਕਹੇਗਾ ਮੈਂ ਤੇਰੇ ਲਈ ਕਿਉਂ ਆਇਆ ਇੱਥੇ, ਉਹ ਸਹੀ ਨਹੀਂ ਹੈ, ਉਹ ਸਾਰਾ ਕੁਝ ਗਲਤ ਆ ਯਾਰ, ਅੱਛਾ ਚੱਲ ਸੋਰੀ, ਆ ਤੈਨੂੰ ਮੈਂ ਬੈਠ ਕੇ ਸਮਝਾਉਣਾ, ਬੈਠ ਉਰੇ ਜੀਤਾ, ਜੋ ਵੀ ਤੈਂ ਦੇਖਿਆ ਨਾ ਸਭ, ਬਸ ਦੁਖੀ ਹੋ ਰਿਹਾ ਮੈਂ ਉਹ ਤੋਂ, ਮੈਂ ਉਹਨੂੰ ਛੱਡਣਾ ਚਾਹੁੰਦਾ, ਤਾਂ ਮੈਂ ਤੇਰੇ ਨਾਲ ਪਿਆਰ ਕੀਤਾ, ਇੰਨੀਆਂ ਕੁੜੀਆਂ ਫਿਰਦੇ ਨੇ, ਮੈਂ ਉਹਨਾਂ ਨਾਲ ਨਹੀਂ ਕੀਤਾ, ਤੇਰੇ ਨਾਲ ਹੀ ਕਿਉਂ ਕਰ ਰਿਹਾ, ਤੂੰ ਮੇਰੀ ਗੱਲ 'ਤੇ ਯਕੀਨ ਕਰ, ਪ੍ਰੋਮਿਸ, ਤੈਨੂੰ ਮੈਂ ਪਿਆਰ ਕਰਦਾ ਯਾਰ, ਪਰ ਮੈਂ ਤਾਂ, ਫਿਰ ਤੁਸੀਂ ਵਿਆਹ ਹੀ ਕਿਉਂ ਕਰਾਇਆ ਉਹਦੇ ਨਾਲ, ਓਏ ਯਾਰ
ਕਰਦਿਆਂ ਦੀ ਮਜਬੂਰੀ ਹੈਗਾ, ਕੀ ਦੱਸਾਂ ਹੁਣ ਯਾਰ, ਉਹੀ ਫਿਰ ਗੱਲ ਆ ਜਾਂਦੀ ਆ, ਕੋਈ ਰੀਜ਼ਨ ਹੋ ਜਾਂਦਾ ਘਰਦਿਆਂ ਦੀ ਗੱਲ ਹੁੰਦੀ ਆ, ਤੇਰੇ ਘਰ ਦਾ ਹੁਣ ਮੈਨੂੰ ਕੀ ਪਤਾ। ਅੱਛਾ ਫਿਰ ਹੁਣ ਕੀ ਹੋਊਗਾ ਆਪਣਾ ਵਿਆਹ? ਉਹ ਸਾਰਾ ਕੁਝ ਸੈੱਟ ਹੋ ਜਾਊਗਾ, ਪਰ ਆਹ ਸਭ ਗੱਲਾਂ ਭੁੱਲ ਜਾ, ਵੀ ਗਿਆ ਵੀ ਵਿਆਹ ਹੋਇਆ, ਉਹ ਆ ਬੋ ਆ, ਤਾਂਹੀਓ ਮੈਂ ਤੈਨੂੰ ਇਹ ਯਕੀਨ ਦਵਾ ਰਿਹਾ। ਫਿਰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਉਹ ਜੀਤਾ ਮੈਨੂੰ ਐਂ ਸੀ, ਮੈਂ ਤੈਨੂੰ ਹੌਲੀ 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 ਸਾਰਾ ਕੁਝ ਦੱਸ ਦੂੰਗਾ ਵੀ ਚੱਲ ਸੈੱਟ ਹੋ ਜਾਊਗਾ, ਮੈਨੂੰ ਕੀ ਪਤਾ ਸੀ ਯਾਦ। ਚਲੋ ਕੋਈ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਮੈਂ ਤੁਹਾਡੇ ਨਾਲ ਹਾਂ। ਚੱਲ ਜੀਤਾ, ਮੈਂ ਤੈਨੂੰ ਸੱਚੀ ਬਹੁਤ ਪਿਆਰ ਕਰਦਾ, ਯਕੀਨ ਨਾ ਤੋੜੀ ਮੇਰਾ ਕਦੇ ਵੀ ਤੂੰ। ਇਹ ਗੱਲ ਮੈਨੂੰ ਕਹਿਣੀ ਚਾਹੀਦੀ ਆ? ਉਹ ਕਹਿਣੀ ਤਾਂ ਚਾਹੀਦੀ ਆ ਫਿਰ। ਚੱਲ ਯਾਰ, ਕੁੜੀਆਂ ਨੂੰ ਫਿਰ ਵੀ ਹੋ ਜਾਂਦਾ, ਮੈਨੂੰ ਪਤਾ ਹੈ। ਟੈਨਸ਼ਨ ਨਾ ਲਓ, ਚਲੋ ਆਪਾਂ ਚੱਲਦੇ ਹਾਂ। ਚੱਲ ਆ ਜਾ, ਬਾਕੀ ਮੈਂ ਤੁਹਾਡੇ ਨਾਲ ਆ, ਠੀਕ ਹੈ? ਆ ਜਾ, ਤੈਨੂੰ ਮੈਂ ਘਰੇ ਛੱਡ ਦਾਂ, ਆ ਜਾ, ਪਹਿਲੀ ਲੇਟ ਬਹੁਤ ਹੋ ਗਈ। ਪਾਣੀ ਲਿਆ ਦੇ। ਮੈਂ ਤਾਂ ਆਪ ਹੀ ਲਈ ਆਉਣੀ ਆ ਪਾਣੀ, ਕਿਹੜੇ ਵੇਲੇ ਦੇ ਲੱਗੇ ਪਏ ਹੋ, ਮੈਂ ਚੱਲ ਪਾਣੀ ਪੀ ਲਵਾਂਗੇ। ਹਲ ਆ ਮਾੜਾ ਮੋਟਾ ਆਪ ਦੇਖ ਰਿਹਾ ਕਰ, ਢੀਲਾ ਜਿਹਾ ਵੜਦਿਆ ਕਰ, ਘਰ ਦੇ ਕੰਮ ਨਿਬੜਨ ਫੇਰ ਹੀ ਹੈ। ਨਾਲੇ ਮੇਰੀ ਗੱਲ ਸੁਣ ਲਾ, ਆ ਨਾ ਮੈਂ ਜੀਤਾਂ ਦਾ ਵਿਆਹ ਕਰਨਾ ਹੁਣ, ਕੋਈ ਨਾ ਕੋਈ ਰਿਸ਼ਤਾ ਦੇਖ ਕੇ ਇਹਦਾ ਹਫ਼ਤੇ 'ਚ ਫਾਹਾ ਵੱਢਣਾ। ਲੈ ਦੱਸ ਹੁਣ ਕੀ ਤੈਨੂੰ ਹੋਈ ਹੈ, ਐਵੇਂ ਕਰੀ ਜਾਂਦੇ ਹੋ ਤੁਸੀਂ? ਕਿਉਂ ਹੋਇਆ, ਕਿਉਂ ਨਹੀਂ ਹੈਗਾ? ਨਹੀਂ ਨਹੀਂ, ਹਜੇ ਸਾਲ ਦੋ ਸਾਲ ਆਪਾਂ ਨਹੀਂ ਕਰਦੇ ਵਿਆਹ। ਅੱਛਾ, ਦੋ ਸਾਲ ਹਜੇ ਹੋਰ ਕਰਤੂਤ ਖੰਡਿਆ ਦੂ ਨਾ ਉਹ ਆਪਦੀ, ਹਜੇ ਘੱਟ ਖੰਡਿਆਈ ਆ ਉਹਨੇ, ਤੈਨੂੰ ਪਤਾ ਨਹੀਂ ਹੈਗਾ ਕੀ ਕਰੇ ਨਾ ਉਸ ਦਿਨ। ਕੀ ਹੁੰਦਾ ਗਾ, ਨਿਆਣੀ ਆ, ਕੋਈ ਨੀ। ਨਿਆਣੀ ਆ, ਨਿਆਣੇ ਆਹ ਕੰਮ ਕਰਦੇ ਹੁੰਦੇ ਨੇ ਜਿਹੜਾ ਉਸ ਦਿਨ ਕਰੇਗਾ, ਨਾ ਤੈਨੂੰ ਸਾਰਾ ਪਤਾ ਗਾ, ਤੂੰ ਹੀ ਸੰਭਾਉਣੀ ਆ, ਤੈਨੂੰ 50 ਵਾਰੀ ਆਖਿਆ ਭਾਈ ਮਾੜਾ ਮੋਟਾ ਸਮਝ ਜਾ ਤੂੰ। ਚੱਲ ਚੰਗਾ, ਸ਼ਾਮੇ ਆ ਜਾ, ਘਾਬਰਿਆ ਰਹਿੰਦਾ ਹਰ ਟਾਈਮ, ਆ ਜਾ, ਥੋੜੀ ਮੋਟੀ ਪਿਆਰ ਨਾਲ ਗੱਲ ਕਰ ਲਈਦੀ ਹੁੰਦੀ ਜਵਾਕ ਨਾਲ। ਕੋਈ ਨੀ, ਕਰਨ ਨੂੰ ਪਿਆਰ ਨਾਲ ਗੱਲ। ਹਾਂ ਪਾਣੀ ਲੈ ਕੇ ਯਾਰ, ਲਓ ਪਾਣੀ। ਅੱਜ ਕੋਈ ਪਾਰਸਲ ਤਾਂ ਨਹੀਂ ਆਇਆ ਆਪਣਾ? ਨਹੀਂ ਨਹੀਂ, ਮੈਨੂੰ ਜਦੋਂ ਦੀ ਉਹ ਕੁੜੀ ਆਈ ਆ, ਕੋਈ ਮੈਨੂੰ ਅਜੀਬ ਜਿਹਾ ਲੱਗਿਆ ਯਾਰ, ਕੋਈ ਨਾ ਕੋਈ ਗੱਲ ਤਾਂ ਹੈਗੀ ਆ, ਤੁਸੀਂ ਐਵੇਂ ਕਿਉਂ ਗਏ ਸੀ ਉਹਦੇ ਪਿੱਛੇ? ਕਦੋਂ ਗਿਆ ਯਾਰ, ਕੀ ਉਰੇ ਤੱਕ ਨਾ, ਕਿਉਂ ਡਾਊਟ ਕਰੀ ਜਾਂਦੇ ਆ, ਕੀ ਗੱਲ ਹੋ ਗਈ ਜੋ ਮੈਨੂੰ ਪੁੱਛ ਜੋ ਗੱਲ ਹੋ ਗਈ? ਯਾਰ ਪੱਕਾ ਕੋਈ ਤੇਰੇ ਕੋਈ 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 ਨਾ ਕੋਈ ਤਾਂ ਗੱਲ ਹੈਗੀ ਆ। ਤੂੰ ਯਕੀਨ ਨਹੀਂ ਯਾਰ ਗਗਨ ਮੇਰੇ ਤੇ? ਉਹ ਗੱਲ ਯਕੀਨ ਦੀ ਨਹੀਂ, ਪਰ ਕੀ ਗਗਨ ਯਾਰ, ਉਹੀ ਗੱਲਾਂ ਕਰੀਆਂ ਜਾਂ ਰੋਟੀ ਲਾ। ਡਾਊਟ ਹੋ ਗਿਆ।
ਨਹੀਂ ਦਿੰਦੇ ਮਿੱਠੇ ਪੋਚੇ। ਕੀ ਸਾਲੇ ਯਾਰ, ਰੱਬ ਵੀ ਮੇਰੇ ਨਾਲ ਹੀ ਮਾੜੀ ਕਰਦਾ ਨਾ ਹੁਣ ਦੇ ਯਾਰ। ਲੈ ਯਾਰ ਜੀਤਾਂ ਦਾ ਫੋਨ ਕਰਾਂ, ਉਹ ਤਾਂ ਨਾ ਆਉਂਦੀ ਹੁਣ ਚੱਲ। ਹੈਲੋ, ਹਾਂ ਜੀਤਾ ਕਿਵੇਂ ਆ? ਵਧੀਆ, ਤੁਸੀਂ ਦੱਸੋ? ਵਧੀਆ, ਕਿੱਥੇ ਸੀ? ਮੈਂ ਘਰ ਹੀ ਹਾਂ। ਅੱਛਾ, ਤੁਹਾਡੀ ਯਾਦ ਹੀ ਆਈ ਜਾਂਦੀ ਸੀ, ਮੈਂ ਤੁਹਾਡੇ ਨਾਲ ਚੱਲ ਗੱਲ ਕਰਨਾ। ਅੱਛਾ ਚੱਲ ਵਧੀਆ ਵਾ। ਹੋਰ ਕੌਣ ਹੈ? ਕੱਲ ਨੂੰ ਮਿਲੀਏ। ਮਿਲ ਤਾਂ ਲਵਾਂਗੇ, ਪਰ ਤੁਸੀਂ ਤਾਂ ਯਾਰ ਹਰੇਕ ਵਾਰੀ ਗੁੱਸੇ ਤੇ ਗੁੱਸਾ ਕਰਦੇ ਰਹਿੰਦੇ ਹੋ। ਨਹੀਂ ਆਪਾਂ ਇਸ ਵਾਰੀ ਨਹੀਂ ਲੜਦੇ, ਠੀਕ ਆ? ਚੰਗਾ, ਪ੍ਰੋਮਿਸ? ਹਾਂ, ਕੱਲ ਨੂੰ ਆਪਾਂ ਮਿਲਦੇ ਆ ਫਿਰ, ਠੀਕ ਆ? ਠੀਕ ਆ, ਚੰਗਾ। ਓਕੇ ਓਕੇ, ਬਾਏ ਬਾਏ। ਮੈਨੂੰ ਵੀ ਕਾਲੀ ਰਹਿੰਦੀ ਕੱਟਣ ਦੀ ਸਾਰਾ ਕੰਮ। ਕੀ ਆ, ਚੱਲ ਕਿਤੇ ਉਹ ਨਾ ਸੁਣ ਲੈ ਗੱਲਾਂ। ਮੇਰਾ ਸ਼ੱਕ ਕਦੇ ਗਲਤ ਹੋ ਹੀ ਨਹੀਂ ਸਕਦਾ। ਕੁਛ ਨੀ, ਮੈਂ ਤੈਨੂੰ ਕਿਹਾ ਮੈਨੂੰ ਰੋਕੀ ਨਾ, ਮੈਂ ਕੁਛ ਕਰ ਲੂੰਗੀ, ਮੈਂ ਜਾਊਂਗੀ। ਸਾਰੀ ਪਾਗਲ ਹੋ ਰਹੇ ਲੈ। ਉਹ ਗਗਨਾ, ਉਹ ਗੱਲ ਸੁਣ ਲੈ ਯਾਰ। ਨਿੰਦਰੀ ਕੋਈ ਗੱਲ ਨਹੀਂ ਸੁਣਨੀ। ਕਿਉਂ ਯਾਰ, ਕੀ ਹੋ ਰਿਹਾ ਤੈਨੂੰ? ਮੈਂ ਕਦੋਂ ਗੱਲ ਕਰ ਰਹੀ ਸੀ? ਮੈਂ ਉੱਥੇ ਬੈਠੇ ਨੇ, ਤੂੰ ਗੱਲ ਕੀਤੀ ਨੀ? ਕਿਹਦੇ ਨਾਲ? ਜਿਹੜੀ ਕੁੜੀ ਆਪਣੇ ਘਰੇ ਆਈ ਸੀ, ਤੂੰ ਉਹਨਾਂ ਗੱਲ ਕਰ ਨਹੀਂ ਸੀ ਰਿਹਾ। ਤੂੰ ਤਾਂ ਝੂਠਾ ਇੱਕ ਨੰਬਰ ਦਾ, ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ ਤੂੰ, ਮੈਨੂੰ ਧੋਖਾ ਦਿੱਤਾ ਹੈ। ਮੇਰੇ ਨਾਲ ਵਿਆਹ ਕਿਉਂ ਕਰਾਇਆ ਸੀ ਜੋ ਤੇਰੀ ਗੱਲ ਸੀਗੀ? ਉਹ ਗਾਣੇ ਦੀ ਗੱਲ ਚੱਲ ਰਹੀ ਸੀ ਯਾਰ, ਉਹਦਾ ਗਾਣੇ ਮੈਂ ਤੇਰੇ ਤੇ ਯਕੀਨ ਕਰਦੀ ਰਹੀ, ਤੂੰ ਇੰਨੀਆਂ ਕੁੜੀਆਂ ਨਾਲ ਫਿਰਦਾ ਰਿਹਾ, ਮੈਂ ਤੇਰੇ ਤੇ ਅੱਖਾਂ ਬੰਦ ਕਰਕੇ ਯਕੀਨ ਕੀਤਾ ਕਿ ਨਹੀਂ ਇਹ ਗਲਤ ਨਹੀਂ ਹੋ ਸਕਦਾ, ਪਰ ਤੂੰ ਤਾਂ ਯਕੀਨ ਕਰਨ ਲਾਇਕ ਹੀ ਨਹੀਂ ਹੈਗਾਗਾ। ਹੋਰ ਕਿਹੜੀ ਕੁੜੀ ਦੇਖ ਲਈ ਤੈਂ? ਮੈਨੂੰ ਤਾਂ ਹੁਣ ਸੋਚ ਸੋਚ ਕੇ ਹੁੰਦਾ, ਪਤਾ ਨਹੀਂ ਤੂੰ ਕਿੱਥੇ ਕਿੱਥੇ ਕੀ ਕਰਦਾ ਹੋਊਗਾ। ਮੈਂ ਤਾਂ ਐਵੇਂ ਇਹ ਸੋਚਦੀ ਰਹੀ, ਨਹੀਂ ਨਹੀਂ ਉਹ ਤਾਂ ਸਿਰਫ ਬਸ ਮੇਰੇ ਤੱਕ ਹੀ ਡਿਪੈਂਡ ਆ, ਨਹੀਂ ਬਸ ਮੈਨੂੰ ਆਪਣੀ ਕਦੇ ਸ਼ਕਲ ਵੀ ਨਾ ਦਿਖਾਈ। ਓਹੋ, ਫੇਰ ਹੀ ਜਾਊ ਘਰੇ, ਰਾਸ਼ਨ ਪਵਾਇਆ ਪਿਆ ਨਾਲ ਦੀ ਨਾਲ, ਲੱਗਦੇ ਹੱਥੋਂ ਵੀ ਚੱਕ ਹੀ ਲਿਆਵਾਂ, ਫੇਰ ਕਿੱਥੇ ਟਾਈਮ ਲੱਗਣਾ ਮੈਨੂੰ। ਕਿਵੇਂ ਭੈਣੇ, ਹੁਣ ਤੂੰ ਬੋਲਦੀ ਹੀ ਨਹੀਂ ਹੈਗੀ? ਹਾਂ ਬੋਲਦੀ ਹਾਂ, ਦੱਸ ਕੀ ਕਹਿਣੀਆਂ ਚਾਹੁੰਦੀ ਹੈ ਤੂੰ ਮੈਨੂੰ, ਐਂ ਦੱਸ। ਮੈਂ ਤਾਂ ਕੁਛ ਨਹੀਂ ਕਹਿੰਦੀ, ਮੈਂ ਤਾਂ ਉਹ ਮਹਰੌਲਾ ਜਿਹਾ ਪੈ ਗਿਆ ਸੀਗਾ ਆਪਣੇ। ਓਹੋ, ਇੰਨਾ ਕੁ ਤਾਂ ਸਭ ਦੇ ਘਰਾਂ 'ਚ ਚੱਲਦਾ ਹੈਗਾ, ਗੱਲ ਕਰ ਤੈਨੂੰ ਥੋੜ੍ਹਾ ਜਿਹਾ ਜ਼ਿਆਦਾ ਹੀ ਪਤਾ ਲੱਗ ਜਾਂਦਾ ਹੈਗਾ ਸਾਡੇ ਘਰ ਦੇ ਰੌਲੇ ਦਾ। ਨਾ ਸਾਡੇ ਘਰ 'ਚ ਤਾਂ ਰੌਲਾ, ਅਤੇ ਤੂੰ ਮੂੰਹ ਕਿਵੇਂ ਕੀਤਾ ਹੈਗਾ, ਜਿਵੇਂ 12 ਵੱਜੇ ਪਏ ਹੁੰਦੇ ਨੇ ਜੀ। ਮੇਰੇ ਮੂੰਹ ਨੂੰ ਤਾਂ ਕੀ ਹੋਣਾ ਹੈ, ਬਸ ਉਹੀ ਬਸ ਉਹ ਮੇਰਾ ਭਤੀਜਾ ਜਿਹੜਾ। ਕੀ ਤੇਰਾ ਭਤੀਜਾ, ਕੀ ਹੋ ਗਿਆ? ਉਹ ਗਏ ਵੀ। ਅੱਛਾ ਗਏ ਵੀ, ਹਾਂ ਕੀ ਗੱਲਬਾਤ ਹੈ, ਐਂ ਤਾਂ ਪਤਾ ਲੱਗੇ ਮੈਨੂੰ।
ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹ ਵਿਆਹਿਆ ਹੋਇਆਗਾ, ਮੈਨੂੰ ਹੁਣ ਪਤਾ ਲੱਗ ਗਿਆਗਾ। ਅੱਛਾ, 10 ਸਾਲਾਂ ਤੋਂ ਉਹਦੇ ਪੇਕੀ ਨਹੀਂ ਗਈ ਹੈਗੀ, ਉਹ ਤਾਂ ਮੇਰੇ ਪਿੰਡੋਂ ਭਤੀਜਾ ਆਉਂ ਮੇਰਾ, ਵੀ ਪਿੰਡ ਪੇਕੇ ਨੇ ਉਹਨਾਂ ਦੇ ਮੇਰੇ। ਹੋਰ ਮੇਰੇ ਤਾਂ ਪੇਕਿਆਂ ਦੀ ਤੈਨੂੰ ਖਬਰ ਸਾਰੀ ਨਹੀਂ ਰਹਿੰਦੀ ਹੈਗੀ, ਊਂ ਤਾਂ ਤੂੰ ਗਲੀ ਗਲੀ ਦੇ ਸਾਰੇ ਆਸ ਪੜੋਸ ਦੇ ਖਬਰਾਂ ਲੈਂਦੀ ਰਹਿੰਦੀ ਆ, ਕਿਹਦੇ ਘਰੇ ਕੀ ਹੋਇਆ ਕਿਹਦੇ, ਤੈਨੂੰ ਖਬਰ ਹੁੰਦੀ ਹੈ ਘਰਦਿਆਂ ਨੂੰ ਮਗਰ ਹੁੰਦੀ ਹੈ ਖਬਰ? ਭੈਣੇ ਮੈਂ ਤਾਂ 10 ਸਾਲ ਹੋ ਗਏ ਗਈ ਨਹੀਂ ਪਿੰਡ, ਮੈਂ ਜਾ ਕੇ ਨਹੀਂ ਦੇਖਿਆ ਹੈਗਾ ਪਿੰਡ, ਜਾ ਕੇ ਨਹੀਂ ਦੇਖਿਆ ਮੈਨੂੰ ਹੁਣ ਪਤਾ ਹੀ ਨਹੀਂ ਲੱਗਿਆ ਹੈਗਾ। ਜੇ ਇੰਨੀ ਗੱਲ ਪਤਾ ਹੁੰਦੀ ਤਾਂ ਫਿਰ ਕਾਹਦੀ ਗੱਲਾਂ ਸੀਗੀਆਂ, ਮੈਂ ਤਾਂ ਰਿਸ਼ਤੇ ਨੂੰ ਕਹਿੰਦੀ ਫਿਰਦੀ ਵੀ ਰਿਸ਼ਤਾ ਕਰਾਉਂਗੀ। ਅੱਛਾ, ਗੱਲ ਦਾ ਹੁਣ ਪਤਾ ਲੱਗਿਆ ਮੈਨੂੰ ਵੀ ਉਹ ਤਾਂ ਵਿਆਹ ਹੋਇਆ, ਕੰਜੇ ਨੇ ਕਦੇ ਦੱਸਿਆ ਵੀ ਨਹੀਂ ਹੈਗਾ ਵੀ ਭੂਆ ਮੇਰਾ ਤਾਂ ਵਿਆਹ ਹੋ ਗਿਆ, ਮਿਲਦਾ ਵੀ ਰਹਿੰਦਾ ਨਾਲੇ ਮੈਨੂੰ, ਘਰ ਦੀਆਂ ਖਬਰਾਂ ਖੁਬਰਾਂ ਤਾਂ ਤੈਨੂੰ ਘੱਟ ਹੀ ਪਤਾ ਲੱਗਦਾ ਹੈਗਾ, ਬਾਹਰਲੀਆਂ ਨੂੰ ਚੱਕੀ ਰੱਖਦੀ ਆ ਸਾਰਾ ਦਿਨ। ਆਏ ਹੁਣ ਮੈਂ ਵਿਹਲੀ ਥੋੜੀ ਹੈਗੀ, ਮੈਂ ਤਾਂ ਮਾੜੀ ਮੋਟੀ ਗੱਲ ਸੁਣ ਲਈ ਤੇ ਪਤਾ ਲੱਗ ਜਾਂਦਾ ਭੈਣੇ, ਇੰਨਾ ਕਿੱਥੇ ਪਤਾ ਲੱਗਦਾ ਹੈਗਾ, ਗੱਲ ਸੁਣ ਕੰਮ ਵੀ ਹੁੰਦੇ ਨੇ ਜਿੰਨਾ ਵਿਹਲਾ ਕੌਣ ਹੈਗਾ, ਪਰ ਮੈਂ ਤਾਂ ਕੰਮ ਜਾਣੀ ਆ, ਸੌਦਾ ਚੱਕ ਕੇ ਲਿਆਉਣੀ ਯਾਰ, ਪਵਾ ਕੇ ਰੱਖ ਕੇ ਆਈ ਸੀਗੀ, ਤੂੰ ਠੀਕ ਹੈ ਬਸ, ਚੱਲ ਚੰਗਾ ਠੀਕ ਹੈ ਚੰਗਾ। ਕੀ ਗੱਲ, ਅੱਗੇ ਤਾਂ ਬੜੀਆਂ ਉਡਾਰੀਆਂ ਮਾਰਦੀ ਸੀ, ਅਸਮਾਨੀ ਚੜੀ ਰਹਿੰਦੀ ਸੀ, ਅੱਜ ਕੀ ਹੋ ਗਿਆ? ਨਹੀਂ ਕੁਛ ਨਹੀਂ ਹੋਇਆ ਹੈਗਾ। ਹੋਇਆ ਤਾਂ ਬਹੁਤ ਕੁਝ ਹੈ, ਉਹ ਮੈਨੂੰ ਤਾਂ ਪਹਿਲੀ ਪਤਾ ਸੀ ਤੇਰੇ ਭਤੀਜੇ ਦੇ ਕਰਤੂਤਾਂ ਦਾ, ਮੈਂ ਤੈਨੂੰ ਦੱਸਣਾ ਨਹੀਂ ਚਾਹੁੰਦਾ ਸੀਗਾ, ਨਾਲੇ ਮੇਰੀ ਗੱਲ ਸੁਣ ਲੈ, ਤੈਨੂੰ ਉਹਨਾਂ ਦੀ ਗੱਲ ਵਿੱਚ ਆਉਣ ਦੀ ਲੋੜ ਨਹੀਂ ਗੀ, ਅਗਲੇ ਜੋ ਮਰਜ਼ੀ ਕਰਨ ਅਗਲੇ ਦੀ ਧੀ ਹੈ, ਸੁਣ ਗਿਆ ਤੈਨੂੰ? ਕੰਨ ਖੋਲ ਕੇ ਸੁਣ ਲੈ, ਤੈਨੂੰ ਘੱਟ ਹੀ ਸੁਣਦਾ। ਕਿਉਂ, ਮੈਨੂੰ ਉੱਚਾ ਥੋੜ੍ਹੀ ਸੁਣਦਾ ਹੈਗਾ? ਉੱਚੀ ਸੁਣਦਾ ਤੈਨੂੰ, ਤੈਨੂੰ ਹੀ ਲੱਗਦਾ ਰਹਿੰਦਾ ਵੀ ਉੱਚਾ ਸੁਣਦਾ ਹੈਗਾ, ਸਾਰਾ ਸਹੀ ਹੈ ਮੇਰਾ ਦਿਮਾਗ। ਆਹੋ ਬਾਲਾ ਸਹੀ ਹੈ ਤੇਰਾ ਦਿਮਾਗ, ਨਾ ਹੋਰ ਪਾਗਲਾ ਮੈਂ, ਉਹ ਜਾਣਦੀ ਵੀ ਤੂੰ ਕਰਦਿੱਤਾ, ਸਾਰੀਆਂ ਜਾਣਦਾ ਮੈਂ ਕਰਦਿੱਤਾ ਤੇਰੇ ਭਤੀਜੇ ਦੀਆਂ, ਕੁੜੀ ਦੀ ਜ਼ਿੰਦਗੀ ਖਰਾਬ ਕਰਦਾ ਫਿਰਦਾ, ਖਬਰੀ ਕਿੰਨੇ ਕੁੜੀ ਦੀ ਜ਼ਿੰਦਗੀ ਖਰਾਬ ਕੀਤੀ ਆ, ਵੱਡੀ ਸਿਆਣੀ ਬਣਦੀ ਇਹ। ਹੁਣ ਫਿਰ ਮੈਂ ਕੀ ਕਹਾਂ ਉਹਨੂੰ, ਹੁਣ ਮੈਂ ਲੜਾਂ ਉਹਦੇ ਨਾਲ ਜਵਾਕ ਨਾਲ? ਉਦੋਂ ਸਿਆਣੀ ਬਣ ਜਾ, ਸਿਆਣੀ ਬਣ ਜਾ, ਮਾੜਾ ਬੁੱਢੀ ਛੰਗ ਸ਼ਰਮ ਕਰ ਲਿਆ ਕਰ, ਗਵਾਂਢ ਮੱਥਾ ਆਪਣਾ, ਅਗਲੇ ਤੇਰਾ ਖਹਿੜਾ ਨਹੀਂ ਛੱਡਣਾ। ਮੈਂ ਇੱਥੋਂ ਨਹੀਂ ਹੁੰਦੇ ਸਿਆਪੇ ਹੈਗੇ, ਜਿਵੇਂ ਮਰਜ਼ੀ ਕਰ ਤੂੰ, ਹੁਣ ਜਿਵੇਂ ਮਰਜ਼ੀ ਕਰ, ਮੈਂ ਜਾਣਾ ਜੀਤਾਂ ਨੂੰ ਮਿਲਣ, ਜਾਂਦਾ ਇਹ ਤਾਂ ਜਿਹੜਾ ਕਰਨਾ ਸੀ ਕਰਤਾ, ਲੜਾਈਆਂ ਪਵਾਉਣੀ ਸੀ ਪਵਾ ਦੀਆਂ, ਮੈਂ ਕਿਸੇ ਦੀ ਕੋਈ ਲੜਾਈ ਨਹੀਂ ਪਵਾਈ ਹੈਗੀ, ਲੜਾਈ ਨਹੀਂ ਪਵਾਈ, ਘੱਟ ਨਹੀਂ ਗੁਜ਼ਾਰੀ ਤੇ ਜਾਂ ਪਾਇਆ, ਹੁਣ ਜੀਤਾਂ ਦੇ ਵਾਲੀਆਂ ਤੂੰ ਜਾ ਕੇ ਸੋਚ ਲੈਂਦੀ, ਉਹ ਸ਼ਰਮ ਸ਼ੰਕ ਕਰ ਲੈ ਇੰਨਾ ਸਾਡਾ ਪਿਆਰਾ ਬਾਈ ਨਾਲ, ਜਾ ਜਾ ਤੂੰ ਪਾਇਆ ਜਿਹੜੀ ਵਾਲੀਆਂ ਪਾਉਣੀਆਂ ਨੇ, ਤੂੰ ਤੂੰ ਕਰਦੇ ਨੇ ਸਾਰੇ, ਕੱਬੀ ਜਨਾਨੀ ਉਹੀ ਸਾਰਾ ਦਿਨ ਬੋਲਦਾ ਰਹਿੰਦਾ ਹੈਗਾ, ਤੁਰ ਪਿਆ ਹੁਣ ਮੂੰਹ ਚੱਕ ਕੇ ਜਾ ਕੇ ਗੱਲਾਂ ਕਰਨ ਵਾਸਤੇ, ਤੇਰੇ ਸਿਆਪੇ ਪਾਏ ਠੀਕ ਕਰਨ ਜਾਣਾ ਹੈ, ਹੋਰ ਕੀ ਕਰਨਾ ਹੈ? ਕਿਵੇਂ ਜੀ ਤਾਰਸ਼ਾ? ਬਾਈ ਮੈਂ ਠੀਕ ਠਾਕ ਹੈ, ਨਾਲੇ ਆ ਤੂੰ ਕਿ ਮੂੰਹ ਲਮਕਾ ਰੱਖਿਆ ਗਾ, ਓਏ ਮੂੰਹ ਲਮਕਾਉਣ ਮੈਨੂੰ ਕੀ ਹੋਏਗਾ? ਬਾਈ ਤੂੰ ਗੱਲ ਭੁੱਲ ਜਾ, 5-6 ਦਿਨ ਹੋ ਗਏ ਗੱਲ ਨੂੰ ਹੋਈ ਨੂੰ, ਠੀਕ ਹੈ ਨਾ, ਆਪਣੀ ਕੁੜੀ ਬਿਲਕੁਲ ਸਹੀ ਸੀ, ਉਹ ਮੁੰਡੀ ਖਰਾਬ ਸੀ ਬਾਈ, ਮੁੰਡੀ ਨਹੀਂ ਕਿਸੇ ਕੰਮ ਦਾ ਹੈਗਾ ਉਹ। ਮੇਰੀ ਗੱਲ ਸੁਣ ਬਾਈ, ਮੈਂ ਤਾਂ ਨਾ ਆਹ ਕੁੜੀ ਦਾ 5-4 ਦਿਨਾਂ 'ਚ ਕਰਕੇ ਰਿਸ਼ਤਾ ਫਾਹਾ ਵੜ ਦੇਣਾ, ਮੈਥੋਂ ਨਹੀਂ ਇੰਨਾ ਕੁਛ ਚੱਲਿਆ ਜਾਂਦਾ ਹੈਗਾ, ਬਹੁਤ ਕੁਛ ਹੋ ਗਿਆ, ਪਤਾ ਕਿੰਨੀ ਬਦਨਾਮੀ ਹੋਈ ਆ ਮੇਰੀ, ਉਹ ਤਾਂ ਕਹਿਤਾ
ਅੱਗੇ ਮੁੰਡਾ ਗਲਤ ਸੀਗਾ, ਇਹ ਕਿਹੜਾ ਸਹੀ ਸੀ? ਘਰੇ ਕਿਉਂ ਬੁਲਾਇਆ ਨੇ? ਹੁਣ ਤੂੰ ਕਿੱਥੇ ਚੱਲਿਆ? ਉਹ ਯਾਰ ਮੈਂ ਤਾਂ ਖੇਤ ਜਾ ਕੇ ਨਾ ਗੇੜਾ ਮਾਰ ਕੇ ਆਉਣਾਗਾ। ਜੀਤਾ ਕਿੱਥੇ ਹੈਗੀ? ਇੱਥੇ ਰੁੜਦੀ ਹੋਊ ਦੇਖ ਲਾਂ ਕਿਤੇ। ਜੀਤਾ ਤਾਂ ਉਹ ਫੜੀ ਹੈਗੀ। ਠੀਕ ਹੈ ਪੁੱਤ, ਮੈਂ ਤਾਂ ਤੇਰੇ ਕੋਲ ਆਇਆ ਸੀਗਾ। ਆ ਜਾਓ, ਬਹਿ ਜਾਓ, ਬਹਿ ਜਾ। ਕਿਵੇਂ ਆਏ ਸੀ? ਉਹ ਪੁੱਤ, ਮੈਂ ਉਦਣ ਆਇਆ ਸੀ ਤੁਹਾਡੇ ਘਰ, ਮੈਨੂੰ ਬਹੁਤ ਬੁਰਾ ਲੱਗਿਆ। ਮੈਨੂੰ ਪਤਾ ਵੀ ਤੇਰਾ ਚਿੱਤ ਬਹੁਤ ਉਦਾਸ ਹੈ, ਮੈਂ ਤਾਂ ਤੇਰੇ ਨਾਲ ਪੁੱਤ ਕੁਝ ਗੱਲਾਂ ਕਰਨ ਆਇਆ ਸੀਗਾ। ਗੱਲਾਂ ਕਿਹੜੀਆਂ? ਮੈਂ ਤਾਂ ਪੁੱਤ ਤੈਨੂੰ ਕੁਝ ਦੱਸਣਾ ਸੀਗਾ। ਦੱਸੋ ਤਾਂ ਹੈ ਜੀ। ਉਹ ਜਿਹੜਾ ਗੈਵੀ ਹੈ ਨਾ? ਗੈਵੀ? ਹਾਂਜੀ। ਉਹ ਮੇਰੀ ਘਰਵਾਲੀ ਦਾ ਭਤੀਜਾ ਹੈ, ਦੂਰ ਦੇ ਰਿਸ਼ਤੇਦਾਰੀ ਚੋਂ। ਭਤੀਜਾ? ਹਾਂ। ਅੱਛਾ, ਫਿਰ? ਉਹ ਮੈਨੂੰ ਤਾਂ ਸਾਰਾ ਪਤਾ ਪੁੱਤ ਉਹਦੇ ਬਾਰੇ, ਇਕੱਲੀ ਇਕੱਲੀ ਗੱਲ ਬਾਰੇ ਪਤਾ ਹੈ। ਤੂੰ ਐਵੇਂ ਨਾ ਉਹਦੇ ਚੱਕਰਾਂ 'ਚ ਪਏ। ਮੈਂ ਸਮਝ ਨਹੀਂ ਰਹੀ ਕੁਛ ਤਾਇਆ ਜੀ। ਉਹ ਸਮਝਣਾ ਕੀ ਹੈ ਪੁੱਤ, ਉਹ ਵਿਆਹ ਹੋਇਆ ਸੀ ਪਹਿਲਾਂ। ਖਮਨੀ, ਤੇਰੇ ਵਰਗੇ ਕੁੜੀ ਹੈ ਉਹਦੀ ਕਿੰਨੀ ਕਿੰਨੀ ਜ਼ਿੰਦਗੀ ਦੇ ਵਿੱਚ, ਹਰੇਕ ਦੀ ਜ਼ਿੰਦਗੀ ਰੋਲ ਕੇ ਰੱਖ ਦਿੰਦਾ। ਕੱਲ੍ਹ ਨੂੰ ਇਹ ਨਾ ਹੋਵੇ ਵੀ ਤੈਨੂੰ ਵੀ ਰੁੜਦੀ ਦੇਖਾਂ ਮੈਂ। ਹਾਂ ਪੁੱਤ, ਤੈਨੂੰ ਸਹੀ ਕਹਿਣਾ, ਸਿਆਣੀ ਬਣਦਾ ਪੁੱਤ। ਕੋਈ ਨਾ ਤਾਇਆ ਜੀ, ਫਿਕਰ ਨਾ ਕਰੋ ਤੁਸੀਂ, ਮੈਂ ਤੁਹਾਡੀਆਂ ਗੱਲਾਂ ਨਾ ਪੱਲੇ ਨਾਲ ਬੰਨੂੰਗੀ, ਐਂ ਨਹੀਂ ਜਾਣ ਦਊਂਗੀ। ਤਾਂ ਹਰੇਕ ਨੂੰ ਕਹਿੰਦਾ ਮੈਂ ਤੇਰੇ ਤਾਰੇ ਤੋੜ ਕੇ ਲੈ ਕੂੰ, ਪੈਂਦੀ ਆਖਰ ਨੂੰ ਖਿੱਲਾਂ ਨੇ ਝੋਲੀ 'ਚ ਪੁੱਤ। ਸਿਆਣੀ ਬਣਦਾ, ਮੈਂ ਤਾਂ ਸਪੈਸ਼ਲ ਤੇਰੇ ਕੋਲ ਆਇਆਂਗਾ, ਮੈਂ ਸਾਰੀ ਗੱਲਬਾਤ ਦੱਸ ਕੇ ਆਵਾਂ। ਠੀਕ ਹੈ ਤਾਇਆ ਜੀ। ਚਲੋ ਠੀਕ ਹੈ, ਮੈਂ ਤਾਂ ਜਾਣਾ ਪੁੱਤ ਫਿਰ। ਚਾਹ ਪੀ ਲਓ। ਨਾ ਪੁੱਤ, ਚਾਹ ਨਹੀਂ, ਮੈਂ ਧਿਆਨ ਰੱਖੀ ਤੂੰ। ਚੰਗਾ, ਠੀਕ ਹੈ। ਕੀ ਕਰਾਂ ਮੈਂ, ਸਮਝੋ ਬਾਹਰ ਆ। ਇੱਕ ਤਾਂ ਇੰਨਾ ਟਾਈਮ ਹੋ ਗਿਆ ਸਾਡੇ ਰਿਸ਼ਤੇ ਨੂੰ, ਜੇ ਹੁਣ ਤੋੜਦੀ ਹਾਂ ਤਾਂ ਰਹਿ ਨਹੀਂ ਸਕਦੀ। ਇੱਥੇ ਜੇ ਰਹਿਣ ਦੀ ਕੋਸ਼ਿਸ਼ ਕਰੂੰਗੀ ਤਾਂ ਉਹਦੀ ਉੱਧਰ ਜ਼ਿੰਦਗੀ ਵੀ ਖਰਾਬ ਹੋਊਗੀ। ਰੱਬ ਨੇ ਕਿਹੜੇ ਮੋੜ 'ਤੇ ਲੈ ਕੇ ਖੜੇ ਕਰਤਾ, ਤਿੰਨ ਤਿੰਨ ਜ਼ਿੰਦਗੀਆਂ ਖਰਾਬ ਹੋਣ ਦੇ ਮੋੜ 'ਤੇ ਆ ਗਈ ਮੈਂ। ਹੁਣ ਤਾਂ ਵਾਹਿਗੁਰੂ ਹੀ ਜਾਣੇ ਅੱਗੇ ਹੋਊਗਾ ਕੀ। ਵਾਹਿਗੁਰੂ ਮਿਹਰ ਰੱਖੀ ਬੱਚੀ 'ਤੇ, ਇਹ ਵਿਚਾਰੀ ਉਹਨਾਂ ਰੁੜ ਗਈ। ਰਾਸ਼ਨ ਨਹੀਂ ਫੜਾਉਂਦਾ, ਬੰਦਾ ਠੀਕ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ ਭਾਜੀ, ਹੋਰ ਠੀਕ ਹੋ? ਮੈਂ ਤਾਂ ਠੀਕ ਠਾਕ ਹਾਂ, ਤੁਸੀਂ ਕਿੱਧਰ ਜਾਏ? ਬਸ ਇੱਧਰ ਰਾਸ਼ਨ ਵਾਲੀ ਦੁਕਾਨ 'ਤੇ ਗਈ ਸੀਗੀ, ਕੱਲ੍ਹ ਗਈ, ਕੱਲ੍ਹ ਐਤਵਾਰ ਭੁੱਲ ਗਈ ਮੈਂ ਤਾਂ। ਅੱਛਾ, ਅੱਜ ਪਤਾ ਨਹੀਂ ਕਿੱਧਰ ਲੋਕ ਜਿਹਾ ਲਾ ਕੇ ਵਗ ਗਿਆ, ਫਿਰ ਆ ਗਈ ਵਾਪਸ। ਉਹ ਟਾਈਮ ਨਾਲ ਹੀ ਵਗ ਜਾਂਦਾ, ਉਹ ਲਾਗਲੇ ਪਿੰਡ ਦਾ ਨਾ ਮੁੰਡਾ ਫਿਰ ਉਹ, ਤਾਂ ਕਰਕੇ ਹੈ ਨਾ। ਅੱਛਾ, ਤੁਸੀਂ ਬਾਈ? ਉਹ ਮੈਂ ਤਾਂ ਜੀਤਾਂ ਕੋਲੇ ਆਇਆ ਸੀਗਾ। ਅੱਛਾ ਅੱਛਾ, ਠੀਕ ਹੈ ਠੀਕ ਹੈ, ਜੀਤਾਂ ਕੋਲੇ ਆਇਆ ਸੀ। ਮੈਨੂੰ ਲੱਗਦਾ ਭਾਜੀ ਤੁਸੀਂ ਉਸੇ ਦਿਨ ਜਿਹੜੀ ਗੱਲ ਹੋਈ ਸੀਗੀ ਘਰੇ ਆਪਣੇ। ਹਾਂ ਹਾਂ ਹਾਂ, ਮੈਂ ਉਹਦੇ ਕਰਕੇ ਆਇਆ ਸੀਗਾ। ਜੀਤਾਂ ਦਾ ਹਾਲ ਚਾਲ ਹੀ ਪੁੱਛਣ ਆਏ ਹੋਣਗੇ, ਬਸ ਨਾਲੇ ਥੋੜਾ ਐ ਹੁੰਦਾ ਵੀ ਬੱਚੇ ਦਾ ਮਨ ਹਲਕਾ ਹੋ ਜਾਂਦਾ। ਹਾਂ ਹਾਂ, ਬਿਲਕੁਲ ਬਿਲਕੁਲ, ਸਹੀ ਗੱਲ ਹੈ। ਬਾਕੀ ਤੁਸੀਂ ਜੀਤਾਂ ਤੋਂ ਪੁੱਛ ਲਿਓ ਕੀ ਕਹਿ ਕੇ ਆਇਆ ਉਹਨੂੰ ਮੈਂ। ਅੱਛਾ ਚਲੋ, ਕੋਈ ਗੱਲ ਨਹੀਂ, ਹੋਰ ਫਿਰ ਚਾਹ ਦੀ ਘੁੱਟ ਤਾਂ ਪੀ ਜਾਂਦੇ ਨਹੀਂ? ਬਸ ਜਿਉਂਦੇ ਰਹੋ ਤੁਸੀਂ। ਬਾਕੀ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਧੀਆਂ ਪਾਲਣੀਆਂ ਸੌਖੀਆਂ ਨੇ, ਜਦੋਂ ਜਵਾਨ ਹੋ ਜਾਂਦੀਆਂ ਨੇ ਨਾ ਉਹਨਾਂ ਨੂੰ ਸਾਂਭਣਾ ਬਹੁਤ ਔਖਾ ਗਾ। ਸਹੀ ਗੱਲ ਹੈ ਤੁਹਾਡੀ ਭਾਜੀ, ਇਹ ਤਾਂ ਆਪਾਂ ਨੂੰ ਪਤਾ ਹੈ। ਹਾਂ ਬਿਲਕੁਲ, ਇਹਨਾਂ ਨੂੰ ਪਾਲਦਿਆਂ ਲਾਡਾਂ ਨਾਲ ਤੇ ਮਗਰੋਂ। ਬਸ ਹੁਣ ਚਲੋ, ਬਾਲੀਆਂ ਗੱਲਾਂ ਦਾ ਕੀ ਕਰਨਾ ਹੈਗਾ? ਉਹ ਤਾਂ ਸਾਰੀ ਗੱਲ ਸੁਣ ਲਿਓ, ਉਹਨੂੰ ਸਮਝਾਇਓ। ਠੀਕ ਹੈ, ਉਹ ਤਾਂ ਸਿਆਣੀ ਬਣ ਗਿਆ। ਬਾਕੀ ਤੁਸੀਂ ਤਾਂ ਗੱਲਬਾਤ ਕਰ ਹੀ ਆਏ। ਹਾਂ ਮੈਂ ਤਾਂ ਕਰਿਆ ਆ, ਪਰ ਚਲੋ ਤੁਸੀਂ ਸਾਰੀ ਸਮਝਾ ਦਿਓ। ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ। ਹਾਂ ਕਹਿੰਦੇ ਸਿਆਣੀ ਬਣ ਜਾ ਧੀਏ।
ਠੀਕ ਹੈ ਭਾਜੀ ਜ਼ਰੂਰ। ਹਾਂ ਚਲੋ ਠੀਕ ਹੈ ਬਾਬੀ ਜੀ, ਠੀਕ ਹੈ, ਵਾਹਿਗੁਰੂ ਭਲਾ ਕਰੇ। ਬਾਪੂ, ਬਾਪੂ ਜੀ ਗੱਲ ਤਾਂ ਸੁਣ ਲਓ। ਹਾਂ ਕੀ ਹੈਗਾ? ਤੁਸੀਂ ਕਿਹਦੇ ਵਿਆਹ ਦੀ ਗੱਲ ਕਰਦੇ ਹੋ? ਤੇਰੇ ਵਿਆਹ ਦੀ ਗੱਲ ਕਰਦਾ, ਹੋਰ ਕੀ ਗਵਾਂਢੀਆਂ ਦੀ ਕਰਦਾ? ਮੇਰਾ ਵਿਆਹ ਕਿਉਂ ਕਰਨਾ? ਅੱਛਾ ਤੂੰ ਹਜੇ ਨਿਆਣੀ ਹੈ, ਛੋਟੀ ਬੱਚੀ ਹੈ ਨਾ ਤੂੰ, ਜਮਾਂ ਨਹੀਂ ਕੋਈ ਸ਼ਰਾਰਤ ਕਰਦੀ ਹੈਗੀ ਹੈ, ਸ਼ਰਮ ਨਹੀਂ ਆਉਂਦੀ ਕਹਿੰਦੀ ਨੂੰ? ਅੱਛਾ 2 ਸਾਲ ਤਾਂ ਹਜੇ ਹੋਰ ਚੰਦ ਚੜ੍ਹਾਉਣੇ ਨੇ, ਤਾਂ ਕਰਕੇ ਕਹਿਣੀ ਆ ਨਾ ਵੀ 9 ਹੋਰ ਰੋਸ਼ਨ ਕਰਦਾ ਮੈਂ ਆਪਦੇ ਪਿਓ ਦਾ। ਹੈਂ? ਮੈਂ ਤਾਂ ਇਹ ਕਹਿੰਦੀ ਸੀ ਚੱਲ ਮੈਂ ਆਪਣੇ ਪੈਰਾਂ 'ਤੇ ਖੜੀ ਹੋ ਜੂੰਗੀ। ਅੱਛਾ ਪੈਰਾਂ 'ਤੇ ਖੜੇ ਹੋਣਾ ਤਾਂ ਹੈ ਨਾ, ਹੁਣ ਤੂੰ ਲੱਤਾਂ 'ਤੇ ਖੜੀ ਆ, ਹੁਣ ਵੀ ਤਾਂ ਪੈਰਾਂ 'ਤੇ ਖੜੀ ਹੈਗੀ। ਬਾਪੂ ਮੈਂ ਉਵੇਂ ਨਹੀਂ ਕਹਿੰਦੀ, ਅਤੇ ਮੈਨੂੰ ਕੁਛ ਕਰ ਤਾਂ ਲੈਣ ਦਿਓ। ਕੀ ਕਰਨਾ ਤੈਂ? ਹੋਰ ਕੋਈ ਬੁਲਾਉਣਾ ਘਰੇ? ਹੋਰ ਆਸਕ ਬੁਲਾਉਣਾ ਘਰੇ? ਇੱਕ ਨਾਲ ਸਰਦਾ ਨਹੀਂ, ਨਾਲੇ ਗੱਲ ਸੁਣ ਲੱਗ ਚੁੱਪ ਕਰਕੇ। ਤੇਰਾ ਨਾ ਆਹ ਹਫ਼ਤੇ ਦੇ ਵਿੱਚ ਵਿੱਚ ਤੇਰਾ ਫਾਹਾ ਵੱਢਣਾ ਹੈਗਾ, ਵਿਆਹ ਕਰਨਾ ਮੈਂ ਤੇਰਾ। ਜੇ ਚੂੰ ਚਾਂ ਕਰੀਏ ਨਾ ਮੈਥੋਂ ਬੜਾ ਕੋਈ ਨਹੀਂ, ਫਿਰ ਕਹੇਂਗੀ ਦੱਸਿਆ ਨਹੀਂ। ਕੰਮ ਕਰ ਲਾ ਚੁੱਪ ਕਰਕੇ। ਦੋ ਹਫ਼ਤੇ ਹੋ ਗਏ, ਨਾ ਤਾਂ ਉਹ ਸਿੰਗਰ ਜਿਹਾ ਮਿਲਿਆ ਗਿਆ ਵੀ, ਨਾ ਕੋਈ ਉਹਦੇ ਯਾਰ ਦੋਸਤ ਹੈਗਾ, ਸਾਰੇ ਚੰਡੀਗੜ੍ਹ ਗਏ ਹੋਏ ਹੈਗੇ। ਹੁਣ ਤਾਂ ਐਂ ਕਰਦਾ ਯਾਰ, ਜੀਤਾਂ ਲਈ ਵੀ ਨਾ ਜਾ ਕੇ ਆਵਾਂ ਯਾਰ, ਨਾਲੇ ਸੁਣਿਆ ਸੀਗਾ ਉਹਨਾਂ ਦੇ ਘਰੇ ਵੀ ਕਲੇਜਾ ਹੋਇਆ ਨਾ, ਨਾਲੇ ਗੱਲ ਦਾ ਪਤਾ ਲੱਗ ਜੂਗਾ ਕੀ ਹੈਗਾ, ਬਹਾਨੇ ਨਾਲ ਤਾਇਆ ਅਤੇ ਤਾਈ ਨੂੰ ਮਿਲ ਆਵਾਂਗੇ। ਐਂ ਕਰਦਾ ਵਾਂ ਜੀਤਾਂ ਦੇ ਘਰ ਹੀ ਜਾਂਦਾ, ਫਿਰ ਦੇਖਦਾ ਕੀ ਮਾਹੌਲ ਆ ਜਾ ਕੇ। ਵਧੀਆ ਕੀਤਾ, ਮੈਂ ਮਾਂ ਪਿਓ ਦੀ ਘਰੇ ਨਹੀਂ ਗਈ, ਨਾਲੇ ਵਾਧੂ ਦੀ ਉਹਨਾਂ ਨੂੰ ਟੈਨਸ਼ਨ ਹੁੰਦੀ। ਸਗੋਂ ਇੱਥੇ ਕਣਕ ਵਾਲੀ ਰੂਮ ਦੇਖ ਲੈਂਦੀ ਹਾਂ, ਕੋਈ ਗੰਡੂਆਂ ਦੇ ਬਿਲਕੁਲ ਕੋਲੇ ਆ, ਨਾਲੇ ਇੱਕ ਬੋੜਾ ਵੀ ਲੱਗਿਆ ਹੈ ਮਕਾਨ ਕਿਰਾਏ ਲਈ, ਦੇਖਦੀ ਹਾਂ ਜੇ ਕੋਈ ਘਰੇ ਹੋਇਆ ਤਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਬਹੁਤ ਘੈਂਟ ਹੋਵੋਗੇ। ਹੁਣੇ ਹੁਣੇ ਤੁਸੀਂ ਦੇਖ ਕੇ ਹਟੋ ਜੀਤਾਂ ਦੀ ਕਿਸਮਤ, ਅਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ, ਕਿਉਂਕਿ ਜੇ ਤੁਸੀਂ ਕਮੈਂਟ ਕਰਕੇ ਆਪਣੇ ਸੁਝਾਵ ਦਿੰਦੇ ਰਹੋਗੇ ਸਾਨੂੰ ਪਤਾ ਲੱਗਦਾ ਰਹੂਗਾ ਕਿ ਤੁਸੀਂ ਆਖਿਰਕਾਰ ਚਾਹੁੰਦੇ ਕੀ ਹੋ ਇਸ ਦੇ ਵਿੱਚ ਹੋਰ ਐਡ ਕਰਨਾ। ਸੋ ਸਾਰੇ ਜਣੇ ਕਮੈਂਟ ਕਰਿਓ, ਲਾਈਕ ਕਰਿਓ, ਸ਼ੇਅਰ ਤੁਸੀਂ ਕਰ ਵੀ ਦਿੰਦੇ ਹੁੰਦੇ ਹੋ ਤਾਂ ਕਰਿਓ ਵੀ ਜ਼ਰੂਰ, ਜਿਨ੍ਹਾਂ ਨੇ ਨਹੀਂ ਕੀਤਾ ਦੱਬ ਕੇ ਸ਼ੇਅਰ ਕਰ ਦਿਓ, ਕਿਉਂਕਿ ਜੇ ਤੁਹਾਡਾ ਪਿਆਰ ਮਿਲਦਾ ਰਹੂਗਾ ਤਾਂ ਜੀਤਾਂ ਦੀ ਕਿਸਮਤ ਦੇ ਪਾਠ ਚੱਲਦੇ ਰਹਿਣਗੇ। ਸੋ ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ, ਬਾਬਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸਤਿ ਸ਼੍ਰੀ ਅਕਾਲ, ਤੇਰਾ ਇੱਕ ਵਾਰੀ ਫਿਰ ਦੇਖ ਲਓ।